The Wire Tune. दिल्ली पुलिस द्वारा सिख नौजवान और उसके बेटे के ऊपर मारपीट के मामले पर सिमरजीत सिंह बैंस ने कहा कि आज पूरे देश के ऊपर पुलिस वाले अपने आप को भगवान समझ रहे हैं। इन पुलिस वालों को सस्पेंड नहीं करना चाहिए बल्कि डिसमिस करना चाहिए ताकि आगे पुलिस वाले ऐसी घिनौनी हरकत कभी ना कर सकें, क्योंकि सिख समुदाय देश की रखवाली के लिए जाने जाते हैं और पुलिस पगड़ी का अपमान कर रही है। वहीं पंजाब के अंदर नाभा के कारोबारी की जमीन के अंदर कब्जा करने के ऊपर सिमरजीत सिंह बैंस ने कहा कि आज पंजाब के अंदर कांग्रेस पार्टी की गुंडागर्दी चरम सीमा पर है। कांग्रेसी लीडरों की, कांग्रेस प्रशंसकों की आज ढेर सारी वीडियो देखने को मिलती हैं जिस पर वह लोगों की जमीन पर कब्जा करते हैं, उस सरेआम औरतों के ऊपर अत्याचार करते नजर आ रहे हैं। पंजाब के अंदर लॉ एंड ऑर्डर का जनाजा पूरी तरह से निकल चुका है। उन्होंने यह भी कहा है कि कैप्टन को होम मिनिस्ट्री किसी अपने संबंधित को दे देनी चाहिए ताकि पंजाब के अंदर लॉ एंड ऑर्डर मेंटेन हो सके। तो देश के अंदर जिहड़ा पुलिस तंत्र हैगा वो अपने आप नूं धरती दा रब समझ रहा है। कला सस्पेंड करके सबक नहीं आता, इन्हों नूं डिसमिस करना चाहिए ता जो अगे तो कोई पुलिस अधिकारी ऐसी करतूत करन दी जरूरत ना कर सके। सिख हो आ जिहड़े सरहदां दी राखी लई देश दी राखी वास्ते जाने जांदे, तुसीं दस्तारा दा अपमान करो। ये जिहड़ा सस्पेंड करन दी कारवाई है कुछ नहीं हैगी, इन्हां नूं सस्पेंड नहीं, इन्हां नूं डिसमिस करना चाहिए। ਚੁਣੇ ਹੋਏ ਨੁਮਾਇੰਦੇ ਲੋਕਾਂ ਦੇ ਉੱਤੇ ਤਸ਼ੱਦਦ ਕਰਦਿਆਂ ਦੀਆਂ ਵੀਡੀਓਜ਼ ਆਈਆਂ, ਔਰਤਾਂ ਦੇ ਉੱਤੇ ਤਸ਼ੱਦਦ ਹੋ ਰਿਹਾ, ਲੋਕਾਂ ਦੀਆਂ ਜ਼ਮੀਨ ਜਾਇਦਾਦਾਂ ਦੇ ਉੱਤੇ ਕਬਜ਼ੇ ਹੋ ਰਹੇ ਹੈ। ਸੋ ਲਾ ਐਂਡ ਆਰਡਰ ਦਾ ਜਨਾਜ਼ਾ ਪੰਜਾਬ ਦੇ ਵਿੱਚ ਪੂਰੀ ਤਰ੍ਹਾਂ ਨਿਕਲ ਚੁੱਕਿਆ। ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਦੇ ਕੋਲ ਹੋਮ ਮਿਨਿਸਟਰੀ ਹੈ, ਉਹਨਾਂ ਨੂੰ ਤੁਰੰਤ ਹੋਮ ਮਿਨਿਸਟਰੀ ਆਪਣੇ ਕਿਸੇ ਸਬਆਰਡੀਨੇਟ ਸਾਥੀ ਨੂੰ ਦੇ ਦੇਣੀ ਚਾਹੀਦੀ ਹੈ ਤਾਂ ਜੋ ਪੰਜਾਬ ਦੇ ਅੰਦਰ ਲਾ ਐਂਡ ਆਰਡਰ ਮੇਨਟੇਨ ਹੋ ਸਕੇ। ਇਹ ਗੱਲ ਅੱਜ ਤੋਂ ਨਹੀਂ, ਮੈਂ ਪਿਛਲੇ ਅਰਸੇ ਤੋਂ ਕਹਿ ਰਿਹਾ ਕਿ ਪੰਜਾਬ ਦੇ ਅੰਦਰ ਪੁਲਿਸ ਸੱਤਾਧਾਰੀ ਪਾਰਟੀ ਦੇ ਲੋਕ ਤੇ ਨਸ਼ਾ ਵੇਚਣ ਵਾਲੇ ਨੈਕਸਸ ਹੈਗਾ ਤਿੰਨ ਲੋਕਾਂ ਦਾ, ਇਸ ਨੈਕਸਸ ਨੂੰ ਤੋੜਨ ਦੀ ਜ਼ਰੂਰਤ ਆ। ਅੱਜ ਪੰਜਾਬ ਪੁਲਿਸ ਦਾ ਫਿਰੋਜ਼ਪੁਰ ਜ਼ਿਲ੍ਹੇ ਦਾ SSP ਬੋਲਿਆ, ਸੱਚਾਈ ਬਿਆਨ ਕੀਤੀ ਹੈ। ਸੋ ਕੈਪਟਨ ਅਮਰਿੰਦਰ ਸਿੰਘ ਕਦੋਂ ਕਾਰਵਾਈ ਕਰਨਗੇ, ਕਦੋਂ ਪੁਲਿਸ ਫੋਰਸ ਤੋਂ ਉਹ ਕੰਮ ਲੈਣਗੇ ਜਿਹਦੀ ਜ਼ਰੂਰਤ ਹੈਗੀ ਹੈ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਾਸਤੇ। SSP ਦਾ ਬਿਆਨ ਮੈਂ ਸਮਝਦਾ ਕਿਸੇ STF ਬਣਾਉਣ ਦੀ ਜ਼ਰੂਰਤ ਨਹੀਂ, ਮੁੱਖ ਮੰਤਰੀ ਸਾਹਿਬ ਕਿਸੇ DGP ਨੂੰ ਬੁਲਾਉਣ ਦੀ ਜ਼ਰੂਰਤ ਨਹੀਂ। ਤੁਸੀਂ ਪੰਜਾਬ ਦੇ ਥਾਣਿਆਂ ਦੇ ਸਾਰੇ SHO ਇਕੱਠੇ ਕਰੋ, SHO ਨਾਲ ਕਰੋ ਮੀਟਿੰਗ, ਪੰਜਾਬ ਦੇ ਸਾਰੇ ਥਾਣਿਆਂ ਦੇ SHO ਨਾਲ ਨਿਰਦੇਸ਼ ਦੇ ਦਿਓ ਕਿ ਜਿਹੜੇ ਥਾਣੇ ਦੇ ਅੰਦਰੋਂ ਚਿੱਟਾ ਬਰਾਮਦ ਹੋ ਗਿਆ ਉਹ SHO ਨਹੀਂ ਰਹੇਗਾ। ਰਾਤੋ ਰਾਤ ਰੈਵੋਲੂਸ਼ਨਰੀ ਬਦਲਾਅ ਆ ਸਕਦਾ, ਰਾਤੋ ਰਾਤ ਪੰਜਾਬ ਦੀ ਧਰਤੀ ਤੋਂ ਚਿੱਟਾ ਸਮਾਪਤ ਹੋ ਸਕਦਾ, ਪਰ ਮੁੱਖ ਮੰਤਰੀ ਜੀ ਦੇ ਏਜੰਡੇ ਦੇ ਉੱਤੇ ਚਿੱਟਾ ਖਤਮ ਕਰਨਾ ਨਹੀਂ, ਇੱਕ ਸਿਰਫ ਤੇ ਸਿਰਫ ਇਹਨੂੰ ਪੋਲੀਟਿਸਾਈਜ਼ ਕਰਕੇ ਇਹਨੂੰ ਰਾਜਨੀਤਿਕ ਸ਼ੋਸ਼ੇਬਾਜ਼ੀ ਵਜੋਂ ਵੋਟਾਂ ਬਟੋਰਨ ਦਾ ਇੱਕ ਇਹਨਾਂ ਦਾ ਜ਼ਰੀਆ ਬਣਿਆ ਹੈ। ਸੋ ਬੜਾ ਅਫਸੋਸ ਹੈ ਕਿ ਫਿਰੋਜ਼ਪੁਰ ਜ਼ਿਲ੍ਹੇ ਦਾ SSP ਖੁਦ ਤਸਦੀਕ ਕਰ ਰਿਹਾ ਕਿ ਇਹਦਾ ਚਿੱਟਾ ਪੁਲਿਸ ਦੀ ਸਰਪ੍ਰਸਤੀ ਹੇਠ ਵਿਕ ਰਿਹਾ। ਗੁਰਦਾਸਪੁਰ ਵਿੱਚ ਮੌਤਾਂ ਦਾ ਸਿਲਸਿਲਾ ਰੁਕ ਨਹੀਂ ਰੱਖਿਆ, 10 ਸਾਲਾਂ ਵਿੱਚ 3 ਲੋਕਾਂ ਦੀ ਮੌਤ ਹੋ ਚੁੱਕੀ ਹੈ ਟਰੱਕ ਦੇ ਕਾਰਨ, ਕੀ ਕਹਿਣਾ ਚਾਹੁੰਦੇ? ਇੱਕ ਦਿਨ ਦੇ ਅੰਦਰ ਨਹੀਂ, ਅੱਜ ਪੰਜਾਬ ਪੂਰੇ ਪੰਜਾਬ ਦੇ ਅੰਦਰ
ਇਹ ਜਿਹੜੀਆਂ ਤੁਸੀਂ ਤਿੰਨ ਮੌਤਾਂ ਦੀ ਗੱਲ ਕਰਦੇ ਹੋ, ਕਿਤੇ ਦੋ ਫੋਟੋਆਂ ਆ ਗਈਆਂ, ਕਿਤੇ ਪੰਜ ਫੋਟੋਆਂ ਆ ਗਈਆਂ, ਕੁਛ ਵੀ ਨਹੀਂ ਹੈਗੀਆਂ। ਰੋਜ਼ ਸੈਂਕੜੇ ਨੌਜਵਾਨ ਮੌਤ ਦੇ ਮੂੰਹ 'ਚ ਜਾ ਰਹੇ, ਪਰ ਉਹਨਾਂ ਦਾ ਪਰਿਵਾਰ ਮੀਡੀਆ ਨੂੰ, ਆਪਣੇ ਰਿਸ਼ਤੇਦਾਰਾਂ ਨੂੰ ਦੱਸਦਾ ਨਹੀਂ। ਜੇ ਮੀਡੀਆ ਦੇ ਵਿੱਚ ਖਬਰ ਜਾਂਦੀ ਹੈ, ਘਰ ਦੇ ਵਿੱਚ ਛੋਟੀ ਧੀ ਦਾ ਵਿਆਹ ਕਰਨ ਦੇ ਵਿੱਚ ਦਿੱਕਤਾਂ ਆਉਂਦੀਆਂ ਨੇ। ਪਤਾ ਲੱਗਦਾ ਵੀ ਇਹਦਾ ਵੱਡਾ ਭਰਾ ਨਸ਼ਿਆਂ ਦੀ ਭੇਟ ਚੜਿਆ ਅਤੇ ਚੰਗੇ ਘਰ ਦਾ ਰਿਸ਼ਤਾ ਨਹੀਂ ਮਿਲਦਾ। ਸੋ ਅੱਜ ਪੰਜਾਬ ਦੇ ਅੰਦਰ ਤਿੰਨ ਮੌਤਾਂ ਨੇ, ਸੈਂਕੜੇ ਮੌਤਾਂ ਰੋਜ਼ਾਨਾ ਹੋ ਰਹੀਆਂ, ਅਤੇ ਕੈਪਟਨ ਅਮਰਿੰਦਰ ਸਿੰਘ ਪਹਾੜੀਆਂ ਦੇ ਵਿੱਚ ਮੌਜ ਮਸਤੀਆਂ ਕਰਦੇ ਤੁਰੇ ਫਿਰਦੇ, ਉਹਨਾਂ ਨੂੰ ਕੀ, ਉਹ ਤਾਂ ਵੋਟਾਂ ਦੇ ਵਿੱਚ ਆਏ। ਪਵਿੱਤਰ ਗੁਰਦੁਆਰਾ ਸਾਹਿਬ ਮੱਥੇ ਨੂੰ ਲਾਇਆ, ਚਾਰ ਹਫ਼ਤਿਆਂ ਦੇ ਵਿੱਚ ਨਸ਼ਾ ਮੁਕਤ ਪੰਜਾਬ, ਵੋਟਾਂ ਰਹੀਆਂ, ਕੁਰਸੀ ਮਿਲ ਗਈ, ਮੁੱਖ ਮੰਤਰੀ ਬਣ ਗਏ, ਅਤੇ ਸਾਰਾ ਕੁਝ ਖਤਮ ਹੋ ਗਿਆ, ਰਹੂ ਚੱਕਰ ਹੋ ਗਿਆ। ਸਰ, ਮੁੱਖ ਮੰਤਰੀ ਸ਼ਾਇਦ ਪਟਿਆਲਾ ਦੇ ਵਾਰਡ ਨੰਬਰ 34 ਵਿੱਚ ਇੱਕ ਖਬਰ ਆਈ ਹੈ ਕਿ ਇੱਕ ਦੇਵਰ ਨੇ ਇੱਕ ਸ਼ਖਸ ਦੀ ਜਮਕਰ ਪਿਟਾਈ ਕੀਤੀ ਹੈ, ਕੀ ਕਹਿਣਾ ਚਾਹੋਗੇ? ਗੁੰਡਾਗਰਦੀ ਸਰਿਆਮ ਉੱਤੇ ਪਟਿਆਲਾ ਵਿੱਚ ਹੋ ਰਹੀ, ਕੀ ਕਹਿਣਾ ਚਾਹੋਗੇ? ਦੀਵੇ ਹਨੇਰਾ, ਪੂਰੇ ਪੰਜਾਬ ਦੇ ਅੰਦਰ ਅੱਜ ਹਾਹਾਕਾਰ ਮੱਚੀ ਹੋਈ ਹੈ। ਪੂਰੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦਾ, ਅਮਨ ਕਾਨੂੰਨ ਦੀ ਸਥਿਤੀ ਦਾ ਜਨਾਜ਼ਾ ਨਿਕਲ ਰਿਹਾ। ਮੁੱਖ ਮੰਤਰੀ ਸਾਹਿਬ ਦੇ ਖੁਦ ਸ਼ਾਹੀ ਸ਼ਹਿਰ ਦੇ ਅੰਦਰ ਐਸੀਆਂ ਮਾੜੀਆਂ ਘਟਨਾਵਾਂ ਹੋਣ, ਅਤੇ ਬਾਕੀ ਪੰਜਾਬ ਦਾ ਤੁਸੀਂ ਤਕਾਜ਼ਾ ਲਾ ਸਕਦੇ ਹੋ ਕਿ ਬਾਕੀ ਪੰਜਾਬ ਦੇ ਅੰਦਰ ਹਾਲਾਤ ਕੈਸੇ ਹੈ। ਮੁੱਖ ਮੰਤਰੀ ਸਾਹਿਬ ਕਹਿੰਦੇ ਵੀ ਇਹਦਾ ਕੁਛ ਨਹੀਂ ਵਿਗੜਿਆ, ਹੋਮ ਮਿਨਿਸਟਰੀ ਤੁਰੰਤ ਛੱਡ ਦਿਓ, ਹੋਮ ਮਿਨਿਸਟਰ ਆਪਣੇ ਕਿਸੇ ਸਾਥੀ ਵਜ਼ੀਰ ਨੂੰ ਦੇ ਦਿਓ, ਕਿਸੇ ਐਮ ਐਲ ਏ ਨੂੰ ਦੇ ਦਿਓ, ਤਾਂ ਜੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਜਿਹੜਾ ਦਿਨੋਂ ਦਿਨ ਬਦਤਰ ਹੁੰਦਾ ਜਾ ਰਿਹਾ, ਮੇਨਟੇਨ ਹੋ ਸਕੇ। ਸਰ, ਅਕਾਲਤਖ਼ਤ ਦੇ ਪੂਰਵ ਜਥੇਦਾਰ ਭਾਈ ਰਣਜੀਤ ਸਿੰਘ ਦਾ ਬਿਆਨ ਹੈ ਕਿ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਰੂਪ ਤੇ ਇਤਿਹਾਸ ਤਿਆਰ ਹੋਣੇ ਪਰ ਸਰਕਾਰ ਤੇ ਐਸ ਆਈ ਟੀ ਬਣਾਉਣ ਦੀ ਤੁਰੰਤ ਮੰਗ ਕੀਤੀ, ਕੀ ਕਹਿਣਾ ਚਾਹੋਗੇ ਸਰ? ਸੋ ਬਹੁਤ ਵਧੀਆ ਭਾਈ ਰਣਜੀਤ ਸਿੰਘ ਜੀ ਹੁਣਾਂ ਦੀ ਸਟੇਟਮੈਂਟ ਹੈਗੀ ਹੈ, ਕਿਉਂਕਿ ਸਾਡਾ ਸਿੱਖ ਕੌਮ ਦਾ ਜਿਹੜਾ ਇਤਿਹਾਸ ਹੈ, ਸਾਡੇ ਸਿੱਖ ਕੌਮ ਦੀ ਜਿਹੜੀ ਹਿਸਟਰੀ ਹੈ, ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਚੱਕ ਕੇ ਲੈ ਗਏ। ਅਫਸੋਸ ਇਸ ਗੱਲ ਦਾ, ਅਕਾਲੀ ਦਲ ਤੇ ਬੀਜੇਪੀ ਦੀ ਗਵਰਨਮੈਂਟ 5 ਸਾਲ ਬਹਿ ਗਈ, ਦੁਬਾਰਾ ਫਿਰ ਕੇਂਦਰ ਦੇ ਵਿੱਚ ਉਹੀ ਸਰਕਾਰ ਹੈਗੀ ਹੈ। ਆਪਣੇ ਆਪ ਨੂੰ ਪੰਥਕ ਹੋਣ ਵਾਲਾ ਸਰਦਾਰ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ ਅਕਾਲੀ ਦਲ ਦਾ ਪ੍ਰਧਾਨ, ਇੱਕ ਵੀ ਸ਼ਬਦ ਤੇ ਕੇਂਦਰ ਦੀ ਸਰਕਾਰ ਦੇ ਅੰਦਰ ਉਹਨਾਂ ਦੀ ਨੂੰਹ ਬੀਬਾ ਸਿਮਰਤ ਕੌਰ ਬਾਦਲ ਕੈਬਨਿਟ ਵਜ਼ੀਰ ਹੈਗੇ ਆ। ਅਫਸੋਸ ਹੈ ਵੀ ਸਾਡਾ ਉਹ ਜਿਹੜਾ ਮਹਾਨ ਸਾਡੇ ਕੌਮ ਦਾ ਇਤਿਹਾਸ ਅੱਜ ਤੱਕ ਵਾਪਸ ਨਹੀਂ ਹੋਇਆ। ਐਸ ਆਈ ਟੀ ਜਿਹੜੀ ਗੱਲ ਕੀਤੀ ਆ ਭਾਈ ਰਣਜੀਤ ਸਿੰਘ ਹੋਣਾ ਨੇ, ਪਰ ਇਹਦੇ ਨਾਲ ਇਹਨੂੰ ਟਾਈਮ ਬਾਊਂਡ ਕਰਨਾ ਚਾਹੀਦਾ, ਤਾਂ ਜੋ ਐਸ ਆਈ ਟੀ ਬਣੇ, ਟਾਈਮ ਬਾਊਂਡ ਹੋ ਕੇ ਸਮੇਂ ਦੇ ਵਿੱਚ ਰਹਿੰਦੇ ਹੋਏ ਜਿਹੜਾ ਸਾਡਾ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚੋਂ ਇਤਿਹਾਸ ਲੈ ਕੇ ਗਏ, ਉਹ ਵਾਪਸ ਸਿੱਖ ਰੈਫਰੈਂਸ ਲਾਇਬ੍ਰੇਰੀ ਦੇ ਵਿੱਚ ਲਿਆਂਦਾ ਜਾ ਸਕੇ। ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਕਿਹਾ ਸੀ ਬਾਦਲ ਪਿਤਾ ਪੁੱਤਰ ਦੇ ਦਬਾਅ ਤੇ ਡੇਰਾ ਸਿਰਸਾ ਪ੍ਰਮੁੱਖ ਨੂੰ ਮਾਫੀ ਦਿੱਤੀ ਗਈ ਸੀ, ਕੀ ਕਹਿੰਦੇ? ਇਹ ਗੱਲ ਤਾਂ ਸਾਰੇ ਜਗਤ ਨੂੰ ਪਤਾ, ਇਹ ਕੁਛ ਗੁੱਜੀ ਛਿੱਪੀ ਗੱਲ ਨਹੀਂ ਹੈਗੀ। ਅੱਜ ਜਥੇਦਾਰ ਜੀ ਬੋਲਣ ਲੱਗੇ ਤਾਂ ਬੱਚੇ ਬੱਚੇ ਨੂੰ ਪਤਾ, ਚੰਦ ਵੋਟਾਂ ਦੀ ਖਾਤਰ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ। ਬਾਦਲ ਇੱਕ ਗੱਲ ਯਾਦ ਰੱਖਣ ਕਿ ਜਿਹਨੇ ਗੁਰੂ ਦੇ ਨਾਲ ਮੱਥਾ ਲਾਇਆ, ਚਾਹੇ ਉਹ ਜ਼ਕਰੀਆ ਖਾਨ ਤੇ ਚਾਹੇ ਉਹ ਮੱਸਾ ਰੰਗੜਾ, ਦੁਨੀਆਂ ਦੇ ਵਿੱਚ ਉਹਨਾਂ ਦਾ ਨਾਮੋ ਨਿਸ਼ਾਨ ਮਿਟ ਗਿਆ। ਇਹ ਬੱਚੇ ਬੱਚੇ ਨੂੰ ਪਤਾ ਵੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਵਾਉਣ ਖਾਤਰ, ਚੰਦ ਵੋਟਾਂ ਦੀ ਖਾਤਰ ਸਿਰਸਾ ਸਾਹਿਬ ਨਾਲ ਇਹਨਾਂ ਨੇ ਕੀ ਕੀ ਸੌਦੇਬਾਜ਼ੀਆਂ ਕੀਤੀਆਂ ਨੇ। ਆਪਾਂ ਜੋ ਦੱਸਾਂਗੇ ਰਾਈਟ ਦੱਸਾਂਗੇ, ਕਿਉਂਕਿ ਸਾਨੂੰ ਰੋਂਗ ਆਉਂਦਾ ਹੀ ਸਪੈਸ਼ਲ ਸਾਡੇ ਕੋਲ ਬ੍ਰੇਕ ਮਾਰੀ ਤੇ ਓਹਨੇ ਪਤਾ ਨੀ ਜਿਵੇਂ ਪੁਰਾਣੀ ਰੰਜਿਸ਼ ਨੀ ਹੁੰਦੀ
ਰੰਜਿਸ਼ ਦੁਸ਼ਮਣੀ, ਹਾਲਾਂਕਿ ਅਸੀਂ ਕਿਸੇ ਨਾਲ ਨਹੀਂ ਰੱਖਦੇ, ਉਹਨੇ ਐਵੇਂ ਡੰਡਾ ਚੁੱਕਿਆ ਅਤੇ ਐਵੇਂ ਉੱਥੇ ਹੀ ਪੈ ਰਿਹਾ ਸੀ ਸਭ। ਮੁੰਡੇ ਨੇ ਕਿਹਾ ਸਾਡੇ ਨਾਲ, ਹਾਂਜੀ ਮੁੰਡੇ ਨੇ ਐਵੇਂ ਕਿਹਾ, ਮੁੰਡੇ ਨੇ ਐਵੇਂ ਕਿਹਾ ਅੰਕਲ ਚਲੋ ਉਹ ਉੱਥੇ ਜਿਪਸੀ ਉਹਨੇ ਭਜਾਈ ਸਿੱਧੀ ਥਾਣੇ ਨੇ, ਔਰ ਕਿਆ ਕਿਆ ਕਿਹਾ, ਤੇਰੀ ਗਾਂਡ ਮੈਂ ਡੰਡਾ ਦੂੰਗਾ, ਇਹ ਕਹਾ ਉਸਨੇ। ਬੇਟਾ ਇੱਕ ਮਿੰਟ ਬੋਲ, ਗੱਲ ਕਰ ਲੈ, ਕੋਈ ਪਹਿਲੇ ਬੋਲ, ਮਾੜਾ ਬੋਲਣ ਦੀ ਲੋੜ ਨਹੀਂ, ਕਿੱਤਾ ਉਹ ਲਾਉਣਾ ਹੈ ਜ਼ਰੂਰੀ ਹੈ। ਨਹੀਂ ਨਹੀਂ ਜਦੋਂ ਉਹ ਡੰਡਾ ਕੱਢਿਆ ਉਹਨੇ, ਹਾਂਜੀ ਫਿਰ ਕੀ ਹੋਇਆ ਉਹਦੇ ਬਾਅਦ? ਉਹਦੇ ਬਾਅਦ ਮੁੰਡੇ ਨੇ ਹੱਥ ਜੋੜੇ, ਆਪਾਂ ਵੀ ਸ਼ਾਂਤ, ਮੁੰਡੇ ਨੇ ਐਵੇਂ ਕਰਤਾ, ਠੀਕ ਹੈ। ਲੇਕਿਨ ਉਹਦੀ ਅੱਗ ਇੰਨੀ ਸੀ ਕਿ ਉਹ ਜਿਵੇਂ ਨਫ਼ਰਤ ਨਹੀਂ ਹੁੰਦੀ ਨਫ਼ਰਤ, ਉਵੇਂ ਕੀਤਾ। ਹਾਲਾਂਕਿ ਸਾਡੀ ਕਿ ਆਪਣਾ ਲੇਕਿਨ ਇਹ ਦੂਜਾ ਅਟੈਕ ਹੈ ਸਾਡੇ ਉੱਪਰ, ਇਹ ਜਾਨ ਲੇਵਾ। ਯੂਪੀ ਪੁਲਿਸ ਨੇ ਸਾਡੇ ਤੇ ਪਹਿਲੇ ਵੀ ਨਿਹੱਤੇ ਤੇ 250 ਮੁਸਲਮਾਨ ਨੇ ਅਟੈਕ ਕੀਤਾ, 300 ਨੇ। ਡੰਡਾ ਕਿਉਂ ਚੁੱਕਿਆ ਪਹਿਲੀ ਗੱਲ ਤੇ, ਡੰਡਾ ਕਿਉਂ ਚੁੱਕਿਆ ਉਹਨਾਂ ਦਾ? ਕੋਈ ਗੱਲ ਨਹੀਂ, ਪਹਿਲੇ ਸੇ ਜਾਣਦੇ ਹੋ ਸਿਪਾਹੀ ਕੋ ਆਪ? ਕਿਸਕੋ? ਜਿਸ ਪੁਲਿਸ ਵਾਲੇ ਕੇ ਸਾਥ ਝਗੜਾ ਹੋਇਆ? ਨਹੀਂ ਨਹੀਂ, ਐਕਚੁਅਲੀ ਐਸਾ ਹੋਇਆ, ਹਾਂ ਇਹ ਮਤਲਬ ਇੱਕ ਸਾਜ਼ਿਸ਼ ਜਿਸੇ ਕਹਤੇ ਹੈ ਨਾ, ਸਾਜ਼ਿਸ਼ ਕੇ ਤਹਿਤ ਕੈਸੇ ਵੈਸਾ ਅਟੈਕ ਹਮਾਰੇ ਉੱਪਰ ਇੱਕ ਪਹਿਲੇ ਵੀ ਹੋ ਚੁੱਕਾ। ਅੱਛਾ, ਤੋ ਪਹਿਲੇ ਆਪਕੋ ਕਿਸਨੇ ਮਾਰਾ? ਹਮ ਯਹਾਂ ਤੱਕ ਪਹੁੰਚੇ ਥੇ, ਹਾਂ ਜੈਸੇ ਗਾੜੀ ਆ। ਆਜ ਕੇ ਹਾਦਸੇ ਕੀ ਬਾਤ? ਭਾਈ ਆਜ ਦੇ ਹਾਦਸੇ ਦੀ ਗੱਲ ਕਰੋ, ਆਜ ਤੁਹਾਨੂੰ ਕਿਉਂ ਮਾਰਿਆ ਉਹਨਾਂ ਨੇ, ਕੀ ਇਹੋ ਜੀ ਗੱਲ ਸੀ? ਜੈਸੇ ਗਾੜੀ ਆ ਉਧਰ ਸੇ ਦੀ ਗੱਲ ਕਰ ਕੇ ਆਇਆ, ਉਧਰ ਸੇ ਚਲੇ ਹਮ। ਲੇਕਿਨ ਜਿਹੜਾ ਅਟੈਕ ਕੀਤਾ ਉਹ ਕਿਉਂ ਕੀਤਾ ਉਹ ਦੱਸੋ, ਉਹ ਸਾਨੂੰ ਸਮਝ ਆਏਗਾ। ਅੱਛਾ ਦੇਖੋ, ਆਪ ਦੋ ਕਾਮ ਹਮੇ ਕਰਨੇ ਦੋ, ਇੱਕ ਤੋਂ ਹਮੇ ਅਭੀ ਮੈਡੀਕਲ ਕਰਾਣੇ ਦੋ ਫਟਾਫਟ, ਕਿਉਂਕਿ ਮੈਡੀਕਲ ਸੇ ਜੋ ਵੀ ਜੋੜ ਫੇਟ ਆਈ ਹੋਗੀ ਉਹ ਸਾਰੇ ਕੀ ਸਾਰੀ ਹੁਣ ਰਿਕਾਰਡ ਆ ਜਾਏਗੀ, ਆਹ ਰਿਕਾਰਡ ਆ ਜਾਏਗੀ। ਉਸਕੇ ਬਾਅਦ ਆਪ ਉਨਕੋ ਸਮਝਾਓ, ਜੋ ਐਕਸ਼ਨ ਉਨ ਚਾਰੋਂ ਕਾ ਨਾਮ ਆ ਗਿਆ ਉਨਕੋ ਪਲੀਜ਼ ਕਰ ਰਹੇ ਹੈ। 9 ਔਰ 8 ਨਾਟ 4 ਬੱਚੇ ਕੀ ਬਾਤ, 8 ਔਰ 9 ਨਹੀਂ ਬੱਚੇ ਕੀ ਬਾਤ, ਮੈਂ ਬਤਾ ਰਿਹਾ ਹਾਂ ਕੀ ਬਾਤ, ਦੇ ਆਰ ਆਈ ਹੈਵ ਟੂਲ ਰਿਕਾਰਡ ਬੱਚੇ ਦੀ ਗੱਲ, 15 ਵੀ ਹੁੰਦੇ ਤਾਂ ਨਹੀਂ ਜਾਣਾ, ਸਾਰਾ ਜਿੰਨਾ ਹੋ ਗਿਆ 15 ਵੀ ਹੁੰਦੇ ਤਾਂ ਪਤਾ ਨਹੀਂ ਚੱਲਦਾ। ਤੁਸੀਂ ਰੋਜ਼ ਦੇ ਬੰਦੇ ਹੋ, ਇੱਥੇ ਜਾਣਦੇ ਹੋ, ਗ੍ਰਾਮੀਣ ਸੇਵਾ ਚਲਾ ਰਹੇ ਥੇ, ਠੀਕ ਹੈ। ਬਤਰਾ ਸੇ ਸਵਾਰੀ ਬਿਠਾ ਕੇ ਨਹਿਰੂ ਵਿਹਾਰ ਮੋੜ ਪੇ ਪਹੁੰਚੇ, ਨਹਿਰੂ ਵਿਹਾਰ ਮੋੜ ਜਹਾਂ ਸੇ ਖਤਮ ਹੋਤਾ ਹੈ ਵਹਾਂ ਕੋਨੇ ਪੇ ਲਗਾਈ, ਤੋ ਵਹਾਂ ਸੇ ਇੱਕ ਜਿਪਸੀ ਵਾਲਾ ਪੂਰੀ ਰੇਸ ਦੇਤੇ ਹੁਆ ਆਇਆ ਔਰ ਆ ਕੇ ਆਗ ਲਗਾਈ ਔਰ ਕਹਿੰਦਾ ਕਿ ਤੇਰੀ ਬਦਮਾਸ਼ੀ ਨਿਕਾਲੋ ਯਹਾਂ ਪੇ। ਨਹੀਂ ਲਗੀ ਅੰਕਲ, ਮੇਰਾ ਪੂਰਾ ਧਿਆਨ ਥਾ, ਕੁਛ ਨਹੀਂ ਲਗਾ। ਨਹਿਰੂ ਵਿਹਾਰ ਮੋੜ ਪੇ ਪਹੁੰਚੇ, ਵਹਾਂ ਪੇ ਉਹਨੇ ਆ ਕੇ ਕਹਾ ਤੇਰੀ ਬਦਮਾਸ਼ੀ ਉਤਾਰੂ, ਡੰਡੇ ਕੋ ਹੱਥ ਡਾਲ ਕੇ ਗੇਟ ਖੋਲਾ ਔਰ ਮੈਨੇ ਐਸੇ ਕੀਆ ਅੰਕਲ ਜੀ,
आप जाओ, हम आगे से ध्यान रख लेंगे। तो ये कहा, वो कहता आ जा तेरे आगे बता दूं तेरे को, मतलब अपशब्द बोले उसने, लेकिन मैं बोल नहीं सकता। बोलो मत बोलो, ठीक है, समझ गया मैं। तो हम आगे आगे सवारी लेके हम चल पड़े। तो यहाँ पे आगे ब्रेक लगाई और एकदम जिप्सी से उतर के हाथ दिया हमारी गाड़ी को, हमने साइड में लगा ली। तो डंडा लेके एकदम हमारे पीछे पीछे भागने लग गया। भाई साहब ये मोबाइल प्लीज डोंट डू लाइक दिस, मतलब सब आप ही के लोग बैठे हैं यार, प्लीज। अगे बोल, अगे बोल, फिर उन्होंने कुटना शुरू करता। बहुत कोई नहीं, कोई नहीं, अरे जाओ, कोई नहीं, इधर देखो, इधर देखो, इधर देखो, लाने साहब पुलिस के ऊपर, लाने साहब, हाथ जोगे, मारो, क्या जोगे, मारो, कितना मारो, 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 जान से मारो। सड़क पर लड़का कह रहा है अंदर मारा है। नारा पाना भी ऐसा है, अब तो कुछ भी नहीं हो सकता। थाने भी इन्होंने कुटे, बाहरों झंडे लियाते कुटे, कदे असीं देखिया वीडियो दे विच तुहानूं क्योंकि हत्थ पकड़ रख्या गया, इक पुलिस वाले कदे सिर ते नार मारन दी कोशिश कर रहा सीगा, मारा सारे टूट के बैठ गए, किसी ने कुछ नहीं कर रहा। सड़क ते गलीड़ गलीड़ के मार मार के लिया है, पालो अंदर मारया, अंदर भी मारया, जो कह रहा अंदर भी मारया, वीर कह रहा मारया अंदर मारया, थाने वीडियो तो मारदे होए लेके गए हो, कदे सिर ते मार मार के यार आप सी तुसी क्या कह, पानी पिलाओ, मारो, पानी पिलाओ, यही काम करो आप। किन्ने पुलिस वाले ने मारे मार मार के ऊपर बेटे गल सुन, ਤੁਹਾਨੂੰ ਇੱਧਰ ਆਉਣ ਦੇ ਬਾਅਦ ਥਾਣੇ ਦੇ ਅੰਦਰ ਆਉਣ ਦੇ ਬਾਅਦ ਇਹ ਵਾਲੀ ਪ੍ਰਮਾਈਸਿਸ ਦੇ ਅੰਦਰ ਆਉਣ ਦੇ ਬਾਅਦ ਮਾਰਿਆ? ਹਾਂਜੀ, ਮੈਨੂੰ ਪੂਰਾ ਗੇਟ ਤੋਂ ਲੈ ਕੇ ਉੱਪਰ ਤੱਕ ਮਾਰ ਕੇ ਲੈ ਕੇ ਗਏ ਆ, ਮੇਰਾ ਮੋਢਾ ਤੋੜਤਾ। ਸਾਹਿਬ ਇਹ ਬਾਤ ਬਹੁਤ ਜ਼ਿਆਦਾ ਗਲਤ ਹੈ, ਨਾ 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 ਹਿਊਮਨ ਰਾਈਟਸ ਵਾਲਿਆਂ ਨੂੰ ਅੰਦਰ ਬੁਲਾਓ, ਹਿਊਮਨ ਰਾਈਟਸ ਤੇ ਇਹ ਤੇ ਹੈ ਹੀ ਬਾਲਕ, ਹਿਊਮਨ ਰਾਈਟਸ ਦਾ ਇੱਕ ਤਾਂ ਮਾਈਨਰ ਹੈਗਾ, ਇੱਕ ਤਾਂ ਮਾਈਨਰ ਹੈਗਾ ਔਰ ਇੱਕ ਕ੍ਰਿਮੀਨਲ ਵੀ ਹੈਗਾ। ਨਾ ਉਸਨੇ ਸ਼ਰਾਬ ਪੀ ਰੱਖੀ, ਨਾ ਉਹਦੇ ਕੋਲ ਰੱਖੇ,
ਮਾਈਨਰ ਹੈ ਸਾਹਿਬ, ਮਾਈਨਰ ਹੈ। ਉਮਰ ਕਿੰਨੀ ਹੈ ਤੇਰੀ? 15 ਸਾਲ ਦੀ ਉਮਰ ਹੈ। ਅੱਗੇ ਕੀ ਹੋਇਆ ਸੀ ਤੇਰੀ? ਕਿੰਨੀ ਸਾਲ ਉਮਰ ਕਿੰਨੀ ਤੁਹਾਡੀ? 15। ਨਾਂ ਕੀ ਹੈ? ਬਲਵੰਤ ਸਿੰਘ। ਤੁਹਾਨੂੰ ਥਾਣੇ ਵੀ ਮਾਰਿਆ? ਸਾਨੂੰ ਗੇਟ ਤੋਂ ਲੈ ਕੇ ਪੌੜੀਆਂ ਤੋਂ ਉੱਪਰ ਤੱਕ ਮਾਰਿਆ। ਭਾਜੀ ਹਿਊਮਨ ਰਾਈਟਸ ਤੇ ਕਾਲ ਕਰੋ, ਆਨਲਾਈਨ ਨੰਬਰ ਕੱਟ ਕੇ। ਬਹੁਤ ਜ਼ਿਆਦਾ ਗਲਤ ਬਾਤ ਹੋ ਰਹੀ ਹੈ। ਉਹ ਕਹਿ ਰਹੇ ਥਾਣੇ ਵੀ ਨਹੀਂ ਮਾਰਾ। ਮੈਡੀਕਲ ਕੇ ਲਿਏ ਉਨਕੇ ਖਿਲਾਫ ਕਾਰਵਾਈ ਕਰੋ।